मैं था डीजे तिलाना। ਪੰਜਾਬੀਓ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਾਣੇ ਘੈਂਟ ਹੋਵੋਗੇ ਅਤੇ ਅੱਜ ਜੀ ਮੀਂਹ ਦਾ ਮੌਸਮ ਬਣਿਆ ਹੋਇਆ ਤੁਸੀਂ ਪਿੱਛੇ ਦੇਖ ਸਕਦੇ ਹੋ ਮੀਂਹ ਆਉਣ ਨੂੰ ਤਿਆਰ ਹੈ ਅਤੇ ਬਾਕੀ ਮਾਹੌਲ ਬਹੁਤ ਸੋਹਣਾ ਬਣਿਆ ਪਿਆ ਅੱਜ ਅਤੇ ਦੋ ਤਿੰਨ ਦਿਨ ਤੋਂ ਜਿਹੜਾ ਮੌਸਮ ਖਰਾਬ ਹੋਇਆ ਸੀਗਾ ਅਤੇ ਉਹ ਮੌਸਮ ਥੋੜ੍ਹਾ ਠੰਡਾ ਠਾਰ ਹੋ ਚੁੱਕਿਆ ਅਤੇ ਸਾਡੇ ਸ਼ੂਟਸ ਵੀ ਹੁਣ ਬੈਕ ਟੂ ਬੈਕ ਚੱਲ ਰਹੇ ਨੇ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਦੇਖ ਸਕਦੇ ਹੋ ਮੀਂਹ ਦੀ ਤਬਾਹੀ ਅਤੇ ਮੀਂਹ ਦਵਾ ਦਵਾ ਗਿਆ ਇੱਕਦਮ ਅਤੇ ਸਾਨੂੰ ਪੈ ਗਿਆ ਭੱਜ ਭਜਾਈਏ ਸਾਰਿਆਂ ਨੂੰ ਕਿਉਂਕਿ ਅਸੀਂ ਫਿਰ ਇੱਕ ਵਾਰੀ ਸਾਰਾ ਕੁਝ ਚੈੱਕ ਕਰਦੇ ਹਾਂ ਕਿ ਕਿਤੇ ਕੁਛ ਲੀਕੇ ਲੂਕੇ ਤਾਂ ਨਹੀਂ ਹੈਗੀ ਪਾਣੀ ਪੂਣੀ ਦੀ ਅਤੇ ਸਾਡੇ ਲਵਪ੍ਰੀਤ ਜੀ ਵੀ ਅੱਜ ਸਾਰਾ ਸਟਾਫ ਲੱਗਿਆ ਹੋਇਆ ਜੀ ਤੁਸੀਂ ਦੇਖੋ ਇੱਥੇ ਨਦੀ ਬਣ ਚੁੱਕੀ ਹੈ ਅਤੇ ਇਹ ਸਾਰੇ ਇੰਸਪੈਕਸ਼ਨ ਕਰ ਰਹੇ ਨੇ ਕਿ ਕਿਸੇ ਮਤਲਬ ਕੋਈ ਸੈੱਟ ਇਹੋ ਜਿਹਾ ਤਾਂ ਨਹੀਂ ਜਿਹਦੇ ਕੋਈ ਸ਼ੈੱਡ ਸ਼ੁੱਡ 'ਚੋਂ ਪਾਣੀ ਪੂਣੀ ਆ ਗਿਆ ਕਿਉਂਕਿ ਮੀਂਹ ਇੱਕਦਮ ਇੰਨੇ ਛੜੱਪੇ ਜੇ ਨਾਲ ਆਇਆ ਸੀਗਾ ਅਤੇ ਸਾਨੂੰ ਲੱਗਿਆ ਕਿ ਕੁਛ ਨਾ ਕੁਛ ਤਾਂ ਟੁੱਟੂਗਾ ਬਟ ਮਾਲਕ ਦੀ ਕਿਰਪਾ ਕਿ ਕੁਛ ਵੀ ਇਹੋ ਜਿਹਾ ਨਹੀਂ ਹੋਇਆ ਹਾਂ ਗੱਭਰੂ ਪਹਿਲਾਂ ਇਹ ਦੱਸੋ ਹੈਲੋ ਸਾਰਾ ਕੁਛ ਓਕੇ ਹੈ ਕੋਈ ਚੀਜ਼ ਟੁੱਟੀ ਟੱਟੀ ਤਾਂ ਨਹੀਂ ਹੈਗੀ ਚਲੋ ਜੀ ਸਾਡੇ ਜਵਾਨ ਚੈੱਕ ਕਰਿਆ ਏ ਅਤੇ ਸਾਡਾ ਛਿੰਦਾ ਵੀ ਚੈੱਕ ਕਰਿਆ ਛਿੰਦਾ ਇਹਨਾਂ ਦਾ ਹੈੱਡ ਹੈ ਜੀ ਅਤੇ ਨਦੀਆਂ ਬਣਦੀਆਂ ਹੋਈਆਂ ਪਾਣੀ ਵਿੱਚ ਕਿੰਨਾ ਪਾਣੀ ਤੇ ਇੱਧਰ ਚਾਚਾ ਭਤੀਜਾ ਦੀ ਜੋੜੀ ਜੋੜ ਚਾਚਾ ਭਤੀਜਾ ਜੋੜ ਲਾਉਂਦੇ ਹੋਏ ਅਤੇ ਇੱਥੇ ਅਸੀਂ ਚੈੱਕ ਕਰ ਰਹੇ ਹਾਂ ਜੀ ਸਾਰਾ ਕੁਛ ਕਿ ਕਿਸੇ ਵੀ ਤਰ੍ਹਾਂ ਦਾ ਇਹੋ ਜਿਹਾ ਕੋਈ ਹੈਪਨਿੰਗ ਤਾਂ ਨਹੀਂ ਜਾਂ ਕੋਈ ਮਤਲਬ ਕੋਈ ਚੀਜ਼ ਟੁੱਟ ਭੱਜ ਨਾ ਗਈ ਹੋ ਕਿਉਂਕਿ ਇੱਕਦਮ ਇਸ ਤੋਂ ਪਹਿਲਾਂ ਹਨੇਰੀ ਬਹੁਤ ਆਈ ਸੀ ਤਾਂ ਸਾਨੂੰ ਲੱਗਿਆ ਕੁਛ ਨਾ ਕੋਈ ਟੁੱਟ ਨਾ ਗਿਆ ਹੋਵੇ ਇੱਧਰ ਗੱਭਰੂ ਇੰਸਪੈਕਸ਼ਨ ਕਰਦੇ ਕਰਦੇ ਅੱਗੇ ਪਹਾੜ ਪਹਾੜਾਂ ਵੱਲ ਨੂੰ ਪਹੁੰਚ ਚੁੱਕੇ ਨੇ ਅੱਗੇ ਤੁਹਾਨੂੰ ਦੇਖ ਰਿਹਾ ਹੋਊਗਾ ਪਹਾੜਾਂ ਦਾ ਵਿਊ ਮਾਤਾ ਰਾਣੀ ਦੀ ਯਾਤਰਾ 'ਤੇ ਜਾਂਦੇ ਹੋਏ ਗੱਭਰੂ ਅਤੇ ਅੱਜ ਜੋ ਮਰਜ਼ੀ ਹੈ ਸਾਰੇ ਆਪਣੇ ਆਪੇ ਤੋਂ ਬਾਹਰ ਹੋ ਚੁੱਕੇ ਨੇ ਕੁਛ ਕੁ ਆਪਣੇ ਸ਼ੋਰਟਸ 'ਚ ਆ ਚੁੱਕੇ ਨੇ ਕਈਆਂ ਨੇ ਪੈਂਟਾਂ ਉੱਪਰ ਚੱਕ ਲਈਆਂ ਨੇ ਕਿ ਸਾਰਾ ਕੰਮ ਇਹ ਸਾਡਾ ਗੋਪੀ ਲੌਂਗੀਆ ਸਰ ਗੋਪੀ ਲੌਂਗੀਆ ਜੀ ਅੱਜ ਨਹੀਂ ਡੀਜੇ ਲਾਉਣਾ ਮੀਂਹ ਪੈ ਗਿਆ ਮੈਂ ਤਾਂ ਡੀਜੇ ਤਿਲਾਨਾ ਅੱਜ ਜੀ ਅਸੀਂ ਪ੍ਰੋਗਰਾਮ ਬਣਾਇਆ ਸੀਗਾ ਕਿ ਅੱਜ ਅਸੀਂ ਨਦੀ ਸਾਫ ਕਰਾਂਗੇ ਮੁੰਡੇ ਮੋਟਰ ਚੱਕ ਕੇ ਸਾਰਾ ਕੁਛ ਲਿਆਏ ਬਟ ਜਾਨੂੰ ਰੱਬ ਕਹਿੰਦਾ ਨਾ ਮੈਂ ਪਹਿਲਾਂ ਹੋਰ ਭਰੂੰਗਾ ਫਿਰ ਸਾਫ ਕਰਿਓ ਅਤੇ ਤੁਸੀਂ ਦੇਖ ਸਕਦੇ ਜੀ ਮਤਲਬ ਮੌਸਮ ਤਾਂ ਸੁਹਾਣਾ ਹੋ ਹੀ ਗਿਆ ਅਤੇ ਸਾਡੇ ਸੈੱਟ ਉਹਦੇ ਤੋਂ ਵੀ ਜ਼ਿਆਦਾ ਸੋਹਣੇ ਲੱਗਣ ਲੱਗ ਗਏ ਅਤੇ ਬਾਕੀ ਆਏ ਰੋਜ਼ ਹੱਥ ਖੜੇ ਕਰ ਲੈਂਦੀ ਹੈ ਮਾਲਕ ਮੂਹਰੇ ਕਿ ਵਾਹਿਗੁਰੂ ਬਖਸ਼ ਦੇ ਹੁਣ ਨਾ ਮੀਂਹ ਭਾਈ ਇਹ ਵਿਚਾਰੀ ਰੋਜ਼ ਗਿੱਲੀ ਹੋ ਜਾਂਦੀ ਹੈ ਕਿਹੜੇ ਹਿਸਾਬ ਨਾਲ ਮੀਂਹ ਪੈ ਰਿਹਾ ਇੱਥੇ ਅਤੇ ਸਾਡਾ ਜਿਹੜਾ ਚੈਂਬਰ ਹੈ ਉਹ ਵੀ ਓਵਰਫਲੋ ਹੋ ਗਿਆ ਜੀ ਫੁੱਲ ਭਰ ਚੁੱਕਿਆ ਅਤੇ ਹੁਣ ਅਸੀਂ ਆਏ ਦੁਬਈ ਦੇ ਵਿੱਚ ਅਸੀਂ ਸਾਰੇ ਸੈੱਟ ਏ ਟੂ ਜ਼ੈੱਡ ਪਹਿਲਾਂ ਚੈੱਕ ਕਰਨੇ ਨੇ ਕਿ ਕਿਸੇ ਪਾਸਿਓਂ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਜਾਂ ਕਿਸੇ ਸੈੱਡ ਦੇ ਵਿੱਚ ਕੋਈ ਲੀਕੇਜ ਵਗੈਰਾ ਤਾਂ ਨਹੀਂ ਹੈਗੀ ਤਾਂ ਸਾਰਾ ਕੁਛ ਅਸੀਂ ਚੈੱਕ ਕਰ ਰਹੇ ਹਾਂ ਇੱਥੇ ਦੇਖ ਸਕਦੇ ਹੋ ਮੀਂਹ ਦਾ ਪ੍ਰਕੋਪ ਕਿ ਮੀਂਹ ਕਿੰਨੀ ਤੇਜ਼ੀ ਨਾਲ ਪੈ ਰਿਹਾ ਅਤੇ ਇੱਧਰੋਂ ਸਾਡੇ ਸ਼ੈੱਡ ਦੇ ਉੱਤੋਂ ਮੀਂਹ ਪੈਂਦਾ ਹੋਇਆ ਅਤੇ
ट्रेन की जिहड़ी पटड़िया ने तुसी देख सकते हो पटड़िया दे पानी आ चुके है ते, पर इन्ना कह साडी ट्रेन सेफ है, ट्रेन नू कोई टेंशन नहीं हैगी क्योंकि बनी जो अबूजा सीमेंट से है। सो लवप्रीत नाल मजाक कर रहे, लवप्रीत दी टी शर्ट भी इहदे नाल मिलदी अज तां। ते चलो आओ फिर आप उधर गेड़ा मारी एक, ते सज्जनो उधर नहीं चल वीरे इधर तां भिज जांगे आपां। ते तुसी देख सकते हो जी मीह आ चुकिया फुल स्पीटां ते, ते हुण बस असी बस यही चेक करना है कि कोई चीज इहो जी तां नहीं हैगी कि जिहड़ी कोई टुट भज गई होवे जां किसे चीज दे विच कोई दिक्कत आ गई होवे, क्योंकि आफ्टर ऑल साडी जिम्मेवारी बनती है ते साडा चेक करना बनता है कि डेली असी इस चीज नूं चेक करिए। ते सज्जनो तुसी जिहड़ा अज मीह पै रहा है ते मैनूं इह दसो अज किहड़े किहड़े शहर च मीह पै रहा है ते उत्थे दा की माहौल है, तां जो सानूं वी पता लग सके कि भाई कल्ला खरड़ च या मोहाली च मीह नहीं पै रहा, इह सारे पासे मीह पै रहा है ते माहौल बहुत सोहना बनिया होया। ते साडे इधर गभरू भी और देखो मीह दे विच नहाउंदे होए, ते बाकी मालक सुख रखे ठीक है जी, सारा कुछ ठीक होवे ते फिलहाल सब कुछ ओके है, सारा कुछ चेक कर लिया जी, प्लेटफॉर्म भी चेक कर लिया, सब कुछ चेक कर लिया ते ओके है माहौल। सज्जनो तुसी देख सकते हो मीह किन्ने जोरां शोरां ते आ रहा है, ते असी सारे सैट सुट चेक कर ले, हॉस्पिटल भी चेक कर लिया, सारा कुछ चेक कर लिया, मीह किते भी नहीं हैगा ते जिथे भी पानी पूनी सीगा आलमोस्ट असी वो क्लीयर करा दिता गया है। ते हुण जिहड़ी मेन प्रॉब्लम है वो यही है कि जिहड़ा बस पानी है ना जिहड़े चैंबर मीह ज़्यादा पैण करके चैंबर ब्लॉक हो चुके ने, बस एक बार वो खुल जाण उस तो बाद ते सारा कुछ सैट हो जूगा। तो मीह ने तो बना दी नदियां पूरियां, ते देख सकते साडे जवाज लगे हुए ने, ते मीह घट्टो घट घंटा डेढ़ घंटा हो गया मीह पैणों नहीं हट रहा, फुल मीह हट चुकिया सीगा ते असी लगाती है मोटर जी, हुण पानी निकल रहा इत्थों जिहड़ा खाली करके उस तो बाद इहनूं क्लीन करना, क्योंकि दो तीन दिन तो मीह पैण दे संभावना करके ना असी क्लीन भी नहीं किया कि पहला खाली करांगे फिर मीह ने काम खराब कर देना। सो अजो मौका आ चुका, हुण तुसी इहदे अंदरों बदल देखो, बदल किन्ने सोहणे लग रहे ने, हट गया ते मौसम च आ गई तब्दीली ते गरमैश वध चुकी है, ते अज साडे सीसीटीवी वाले मुंडे आए हुए ने, इह कारण जी सीसीटीवी सैट ते अनुज सर होनी ते अमित सर लै रहे ने मौसम की हवा का आनंद। खत्म करते हैं जी, मिलते हैं अगले व्लॉग के नाल, बने रहो चैनल पर, जिन्होंने अभी तक चैनल सब्सक्राइब नहीं किया तो चैनल जरूर सब्सक्राइब कर लियो, थैंक यू सो मच, सत श्री अकाल।